मेरा नाम राम सहाय है, मैं जोगिंद्रा ट्रस्ट से मेरा ऑपरेशन हुआ है, ऑपरेशन मेरा सक्सेसफुल है, इसीलिए मैं हमको जोगिंद्रा कैंप की तरफ से ऑपरेशन हुआ है। मेरा नाम राम जतन प्रसाद है, हम ठीक ठाक हैं। हेलो, मेरा नाम रघुवीर सिंह है, मेरा ऑपरेशन होया जोगिंद्रा कैंप राही राणा हॉस्पिटल के बच्चों, मैं कोई प्रॉब्लम नहीं। जसवंत कौर अंबा मजरही राणा हॉस्पिटल ऑपरेशन कराया जी, मैं ठीक ठाक कैंप लगी। मनु देवी और राणा हॉस्पिटल में ऑपरेशन कराने मुक्त में आया। मैं दिनेश प्रसाद सिंह राणा हॉस्पिटल में मुफ्त में ऑपरेशन कराने सफल हुआ। मेरा नाम प्रयाग है, मैं मंडी जोगिंद्रा में रहता हूँ। मेरा राणा हॉस्पिटल में मेरा ऑपरेशन हुआ था, मैं ठीक हूँ। मेरा नाम हरमनप्रीत कौर है, मैं मंडी कुंभगढ़ तो आई हाँ। मेरा जोगिंद्रा वेलफेयर के अपना कैंप के चैकअप होया सीगा, तो मेरा अच्छा राणा हॉस्पिटल में ऑपरेशन हुआ है, मैं बिल्कुल ठीक ठाक हाँ। मैं किरणप्रीत कौर हाँ, मैं कैंप दे राही उरे आई सी राणा हॉस्पिटल दे विच, ते मेरा ऑपरेशन ठीक ठाक होया है, ते मैं हुण अपने घर वापस जा रही हूँ। मेरा नाम रंजीत कौर है, मैनू मंडी गोविंदगढ़ विच कैंप लग्या सी, उत्थे मैनू ऑपरेशन दस्या गया है। ਉਰੇ ਰਾਣਾ ਹਸਪਤਾਲ ਵਿੱਚ ਆਪਰੇਸ਼ਨ ਮੇਰਾ ਹੋ ਚੁੱਕਿਆ ਹੈ, ਮੈਂ ਠੀਕ ਠਾਕ ਹਾਂ। ਮੈਂ ਦੇਵ ਖਾਨ ਬੋਲ ਰਿਹਾ ਜੀ, ਗੋਬਿੰਦਗੜ੍ਹ ਕੈਂਪ ਲੱਗਿਆ ਸੀ, ਉੱਥੇ ਮੈਂ ਟੈਸਟ ਕਰਵਾਇਆ ਸੀ, ਫਿਰ ਆਪਰੇਸ਼ਨ ਹੋਇਆ ਸਰਹੰਦ ਰਾਣਾ ਹਸਪਤਾਲ ਜੀ। ਹੈਲੋ, ਆਪਣੇ ਰਾਣਾ ਹੋਸਪਿਟਲ ਵਾਲੇ ਦੇ ਆਪਣੇ ਕੈਂਪ ਲੱਗਿਆ ਸੀਗਾ ਜੀ ਗੋਬਿੰਦਗੜ੍ਹ, ਅਤੇ ਉੱਥੇ ਮੈਂ ਵੀ ਗਿਆ ਸੀਗਾ। ਉੱਥੇ ਜਾ ਕੇ ਮੈਂ ਚੈੱਕਅਪ ਕਰਾਇਆ, ਅਤੇ ਡਾਕਟਰ ਸਾਹਿਬ ਕਹਿੰਦੇ ਵੀ ਭਾਈ ਆਪਰੇਸ਼ਨ ਹੋਊਗਾ ਤੇਰਾ, ਅਤੇ ਅੱਜ ਮੈਂ ਆਇਆ ਹੋਇਆ ਸੀਗਾ, ਉਹ ਆਪਰੇਸ਼ਨ ਹੋਇਆ ਮੇਰਾ, ਬਹੁਤ ਵਧੀਆ ਠੀਕ ਲੱਗ ਰਿਹਾ, ਸੈੱਟ ਆ ਹੁਣ ਮੈਂ। ਅੱਜ ਛੁੱਟੀ ਮੈਨੂੰ 2 ਘੰਟੇ ਬਾਅਦ ਮਿਲ ਗਈ ਸੀਗੀ, ਹੁਣ ਮੈਂ ਠੀਕ ਠਾਕ ਹਾਂ, ਘਰ ਨੂੰ ਜਾ ਰਿਹਾ ਜੀ। ਡਾਕਟਰਾਂ ਨੇ ਮੇਰੀ ਬਹੁਤ ਕੇਅਰ ਕਰੀ, ਜਿੰਨਾ ਵੀ ਹੋ ਸਕਿਆ ਉਹਨਾਂ ਨੇ ਵੱਧ ਤੋਂ ਵੱਧ ਕਰਿਆ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਮਹਿਕਮੇ ਦਾ। ਨਮਸਕਾਰ, ਮੇਰਾ ਨਾਮ ਸੀਤਾ ਦੇਵੀ ਹੈ, ਮੈਂ ਮੰਡੀ ਗੋਬਿੰਦਗੜ੍ਹ ਸੇ ਆਈ ਹੂੰ, ਔਰ ਮੇਰਾ ਕੈਂਪ ਮੇਂ ਚੈੱਕਅਪ ਹੋਇਆ ਬਾਬਾ ਸਿਰ ਕਾ, ਮੈਂ ਬਿਲਕੁਲ ਠੀਕ ਠਾਕ ਹੂੰ, ਰਾਣਾ ਹੋਸਪਿਟਲ ਮੇਂ ਮੇਰਾ ਆਪਰੇਸ਼ਨ ਹੋਇਆ। ਮੈਂ ਸ਼ੈਲੀ ਕੁਮਾਰ, ਪਿੰਡ ਮੰਡੀ ਗੋਬਿੰਦਗੜ੍ਹ ਪਿੰਡ ਅਜਨਾਲੀ, ਜੋਗਿੰਦਰਾ ਵੈਲਫੇਅਰ ਟ੍ਰਾਂਸਫਰ ਤੋਂ ਆਪਰੇਸ਼ਨ ਕਰਵਾਉਣ ਵਾਸਤੇ ਮੰਡੀ ਅਜਨਾ ਸਰਹੰਦ ਆਇਆ ਸੀ। ਇਸ ਜਗ੍ਹਾ 'ਤੇ ਮੇਰਾ ਆਪਰੇਸ਼ਨ ਵਧੀਆ ਹੋਇਆ ਜੀ। ਮੇਰਾ ਨਾਮ ਸ਼ੈਲੀ ਕੁਮਾਰ, ਮੈਂ ਪਿੰਡ ਜਨਾਲੀ ਤੋਂ ਆਇਆ, ਅਤੇ ਆਪ ਜੋਗਿੰਦਰਾ ਵੈਲਫੇਅਰ ਵਾਲਿਆਂ ਨੇ ਮੈਨੂੰ ਕੈਂਪ ਸੀਗਾ ਉੱਥੋਂ, ਮੈਂ ਆਪਣੇ ਬਾਬਾ ਸੀ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ, ਅਤੇ ਉਹਨਾਂ ਨੇ ਮੈਨੂੰ ਇਹਦੇ ਰਾਣਾ ਹੋਸਪਿਟਲ ਰੈਫਰ ਕੀਤਾ ਸੀਗਾ। ਇੱਥੇ ਮੇਰਾ ਇਹਨਾਂ ਨੇ ਆਪਰੇਸ਼ਨ ਬਹੁਤ ਸਹੀ ਤਰੀਕੇ ਨਾਲ ਕੀਤਾ, ਅਤੇ ਹੁਣ ਮੇਰਾ ਆਪਰੇਸ਼ਨ ਹੋ ਚੁੱਕਾ, ਮੈਂ ਬਿਲਕੁਲ ਤੰਦਰੁਸਤ ਹਾਂ, ਅਤੇ ਇਹ ਹੋਸਪਿਟਲ ਬਹੁਤ ਵਧੀਆ। ਮੇਰਾ ਨਾਮ ਗੁਰਪਿਆਰ ਸਿੰਘ, ਮੈਂ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਜੀ। ਮੈਂ ਬਵਾ ਸਿਰ ਬਿਮਾਰੀ ਤੋਂ ਕਾਫੀ ਦਿਨਾਂ ਤੋਂ ਪਰੇਸ਼ਾਨ ਸੀਗਾ। ਸਾਡੇ ਗੋਬਿੰਦਗੜ੍ਹ ਸ਼ਹਿਰ 'ਚ ਕੈਂਪ ਲੱਗਿਆ ਜੀ, ਜਿੱਥੇ ਰਾਣਾ ਹੋਸਪਿਟਲ ਦੇ ਡਾਕਟਰ ਜੀ ਨੇ ਮੈਨੂੰ ਆਪਰੇਸ਼ਨ ਦੀ ਸਲਾਹ ਦਿੱਤੀ, ਔਰ ਆਪਣੇ ਹੋਸਪਿਟਲ ਬੁਲਾ ਕੇ ਮੇਰਾ ਆਪਰੇਸ਼ਨ ਫ੍ਰੀ ਕੋਸਟ ਆਪਰੇਸ਼ਨ ਕੀਤਾ। ਹੁਣ ਮੈਂ ਬਵਾ ਸਿਰ ਬਿਮਾਰ ਤੋਂ ਮੈਂ ਕੋਈ ਦਰਦ ਨਹੀਂ ਹੈਗਾ ਮੇਰਾ ਜੀ, ਮੈਨੂੰ ਕੋਈ ਦਰਦ ਫੀਲ ਨਹੀਂ ਹੋਇਆ, ਸਭ ਕੁਛ ਠੀਕ ਠਾਕ ਹੈ ਜੀ। ਮੈਂ ਬੜਾ ਪਰੇਸ਼ਾਨ ਹੋ ਕੇ ਆਇਆ ਸੀਗਾ, ਖੁਸ਼ ਹੋ ਕੇ ਜਾ ਰਿਹਾ ਜੀ। ਥੈਂਕ ਯੂ। ਹੈਲੋ, ਮੈਂ ਗੁਰਪ੍ਰੀਤ ਕੌਰ ਮੰਡੀ ਗੋਬਿੰਦਗੜ੍ਹ ਤੋਂ ਆਈ ਹਾਂ, ਦਲੀਪ ਨਗਰ ਸ਼ਹਿਰ 'ਚੋਂ ਮੁਹੱਲੇ ਦੀ ਸੋਰੀ, ਅਤੇ ਮੇਰਾ ਜੋਗਿੰਦਰਾ ਵਾਲਿਆਂ 20 ਤਰੀਕ ਤੋਂ ਕੈਂਪ ਲਗਵਾਇਆ ਸੀ, ਉੱਥੇ ਮੈਂ ਪੱਟੀ ਦਾ ਪੇਸ਼ੈਂਟ ਕਰਵਾਇਆ। ਰਾਣਾ ਹੋਸਪਿਟਲ 'ਚ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਉਹਨਾਂ ਨੇ, ਔਰ ਮੇਰਾ
ਬਿਲਕੁਲ ਫਰੀ ਪੇਸ਼ੈਂਟ ਕੀਤਾ, ਦਵਾਈਆਂ ਉਹ ਸਭ ਕੁਛ ਫਰੀ ਨੇ, ਪਰ ਮੇਰਾ ਜਿਹੜਾ 20-25 ਹਜ਼ਾਰ ਰੁਪਏ ਲੱਗਣਾ ਸੀ ਉਹ ਤੋਂ ਮੇਰਾ ਬਚਾਅ ਹੋ ਗਿਆ, ਔਰ ਅੱਜ ਮੈਂ ਬਿਲਕੁਲ ਠੀਕ ਠਾਕ ਆਪਣੇ ਘਰ ਨੂੰ ਜਾ ਰਹੀ ਹਾਂ। ਥੈਂਕ ਯੂ। ਮੈਂ ਮੁਸਤਾਨ ਸਿੰਘ, ਪਿੰਡ ਫੈਜ਼ੁੱਲਾ ਤੋਂ ਜੀ। ਕੈਂਪ ਦੇ ਥਰੂ ਓਪਰੇਸ਼ਨ ਹੋਇਆ, ਬਿਲਕੁਲ ਠੀਕ ਠਾਕ ਹੋਇਆ ਜੀ, ਕੋਈ ਮਤਲਬ ਪ੍ਰੋਬਲਮ ਨਹੀਂ ਹੈਗੀ। ਡਾਕਟਰ ਸਾਹਿਬ ਨੇ ਵਧੀਆ ਮਤਲਬ ਕਰਿਆ ਜੀ ਓਪਰੇਸ਼ਨ 'ਚ। ਮੇਰਾ ਨਾਮ ਬਿਮਲਜੀਤ ਕੌਰ ਹੈ, ਅਸੀਂ ਹਰਿਆ ਕਲਾਂ ਦੇ ਰਹਿਣ ਵਾਲੇ ਹਾਂ। 30 ਦਸੰਬਰ ਨੂੰ ਮੰਡੀ ਗਾਂਧੀਗੜ੍ਹ ਸਾਹਿਬ ਕੈਂਪ ਲੱਗਿਆ ਸੀ, ਉੱਥੇ ਡਾਕਟਰ ਸਾਹਿਬ ਨੇ ਸਰਜਰੀ ਬਾਰੇ ਦੱਸਿਆ ਸੀ। ਰਾਣਾ ਹੋਸਪਿਟਲ ਅਸੀਂ ਆਏ, ਅੱਜ ਸਰਜਰੀ ਹੋਈ ਹੈ, ਬਿਲਕੁਲ ਫਰੀ ਹੋਈ। ਠੀਕ ਠਾਕ ਆਏ ਸੀ ਜੀ, ਮੈਨੂੰ ਮੌਕਿਆਂ ਦੀ ਬਾਬਾ ਸਿਹਤ ਦੀ ਪ੍ਰੋਬਲਮ ਸੀ, ਇੱਥੇ ਮੇਰਾ ਚੈੱਕਅਪ ਹੋਇਆ, ਓਪਰੇਸ਼ਨ ਹੋ ਗਿਆ ਮੇਰਾ, ਹੁਣ ਮੈਂ ਠੀਕ ਠਾਕ ਹਾਂ ਜੀ, ਘਰ ਨੂੰ ਜਾ ਰਹੇ ਹਾਂ। ਮੇਰਾ ਨਾਮ ਜਾਸਮੀਨ ਹੈ, ਪਿੰਡ ਖੇੜੀ ਮੁੱਲਾਪੁਰ ਕਲਾਂ। ਮੈਂ ਕੈਂਪ ਵਿੱਚ ਚੈੱਕਅਪ ਕਰਾਇਆ ਸੀ, ਮੇਰਾ ਓਪਰੇਸ਼ਨ ਰਾਣਾ ਹਸਪਤਾਲ ਵਿੱਚ ਹੋਇਆ ਹੈ, ਹੁਣ ਮੈਂ ਠੀਕ ਠਾਕ ਹਾਂ, ਓਪਰੇਸ਼ਨ ਹੋ। ਮੇਰਾ ਨਾਮ ਵੰਦਨਾ ਮਹਿਤਾ ਹੈ, ਮੈਂ ਦਿੱਲੀ ਸੇ ਆਈ ਹੂੰ, ਔਰ ਮੈਂ ਅਭੀ ਮੰਡੀ ਕੋਟਲੀ ਮੈਂ ਕੈਂਪ ਲਗਾ ਥਾ। ਮੈਨੇ ਯਹਾਂ ਪੇ ਕੈਂਪ ਮੇਂ ਹੀ ਪੱਤਰੇ ਕੋ ਓਪਰੇਸ਼ਨ ਕਰਵਾਇਆ, ਔਰ ਇਹ ਰਾਣਾ ਹਸਪਤਾਲ ਮੇਂ ਹੁਆ ਹੈ, ਔਰ ਇਹ ਮੇਰਾ ਸਾਰਾ ਫ੍ਰੀ ਔਫ ਕੋਸਟ ਹੁਆ ਹੈ, ਕੋਈ ਪੈਸੇ ਨਹੀਂ ਲਗੇ, ਔਰ ਬਹੁਤ ਅੱਛੀ ਦੇਖਭਾਲ ਹੋਈ ਹੈ ਮੇਰੀ। ਮੇਰਾ ਨਾਮ ਪਰਮਜੀਤ ਕੌਰ ਹੈ ਜੀ। ਉੱਠੀ ਬੋਲੋ। ਮੇਰਾ ਨਾਮ ਪਰਮਜੀਤ ਕੌਰ ਹੈ ਜੀ, ਆਪਰੇਸ਼ਨ ਹੋਇਆ ਮੇਰਾ ਬਾਬਾ ਸਿਰ ਦਾ, ਬਿਲਕੁਲ ਠੀਕ ਹੈ, ਕੈਂਪ ਦੇ ਥਰੂ ਕਰਵਾਇਆ ਸੀ, ਠੀਕ ਹੈ ਜੀ। ਅਮਰੀਤ ਸਿੰਘ ਬੋਲ ਰਿਹਾ ਹਾਂ, ਮੇਰਾ ਆਪਰੇਸ਼ਨ ਰਾਣਾ ਹਾਸਪਿਟਲ ਮੇਂ ਹੁਆ, ਮੈਂ ਠੀਕ ਠਾਕ ਹੂੰ, ਔਰ ਅਬ ਹਮਾਰੀ ਛੁੱਟੀ ਹੋ ਰਹੀ ਹੈ, ਘਰ ਜਾਣ ਵਾਲਾ ਹੂੰ। ਮੰਡੀ ਗੋਬਿੰਦਗੜ੍ਹ ਤੋਂ ਆਇਆ ਜੀ, ਰਾਣਾ ਹੋਸਪਿਟਲ ਚਰਨ ਦੇ ਵਿੱਚ ਆਪਣਾ ਬਾਬਾ ਸਿੰਘ ਦਾ ਇਲਾਜ ਕਰਾਉਣਾ, ਹੁਣ ਮੇਰੀ ਬਾਬਾ ਸਿੰਘ ਦਾ ਓਪਰੇਸ਼ਨ ਹੋ ਗਿਆ, ਬਹੁਤ ਚੰਗਾ ਕੀਤਾ, ਵਧੀਆ ਨਾਲੇ ਅਤੇ ਦੇਖ ਰੇਖ ਵਧੀਆ, ਸਭ ਕੁਝ ਠੀਕ ਹੋ ਗਿਆ ਜੀ, ਹੁਣ ਠੀਕ ਕਰਕੇ ਮੈਂ ਆਪਣੇ ਘਰ ਨੂੰ ਜਾ ਰਿਹਾ ਵਾਪਸ। ਓਕੇ। ਮੈਂ ਮਨਪ੍ਰੀਤ ਕੌਰ, ਮੇਰਾ ਪੇਸ਼ੈਂਟ ਰਾਣਾ ਹੋਸਪਿਟਲ 'ਚ ਹੋਇਆ, ਗੋਬਿੰਦਗੜ੍ਹ ਜੋਗਿੰਦਰਾ ਕੈਂਪੋ ਵਿੱਚ ਹੋ, ਅਤੇ ਹੁਣ ਮੈਂ ਠੀਕ। ਹੈਲੋ, ਮੈਂ ਗੁਰਦੀਪ ਸਿੰਘ, ਰਾਣਾ ਹੋਸਪਿਟਲ ਤੋਂ ਆਪਣਾ ਬਾਬਾ ਸਿੰਘ ਦਾ ਓਪਰੇਸ਼ਨ ਕਰਵਾਇਆ ਸੀਗਾ, ਅਤੇ ਇਹਨਾਂ ਨੇ ਇੱਥੋਂ ਮੰਡੀ ਗੋਬਿੰਦਗੜ੍ਹ ਤੋਂ ਚੈੱਕਅਪ ਕੀਤਾ ਸੀਗਾ, ਅਤੇ ਅੱਜ ਮੈਨੂੰ 5 ਜਨਵਰੀ ਵਿੱਚ ਬੁਲਾਇਆ ਸੀ, ਅਤੇ ਇਹਨੇ ਬਿਲਕੁਲ ਫਰੀ ਓਪਰੇਸ਼ਨ ਕੀਤਾ। ਮੈਂ ਇਹਨਾਂ ਦੇ ਸਟਾਫ ਤੋਂ ਅਤੇ ਰਾਣਾ ਹੋਸਪਿਟਲ ਤੋਂ ਬਿਲਕੁਲ ਸੰਤੁਸ਼ਟ ਹਾਂ, ਥੈਂਕ ਯੂ। ਮੈਂ ਕੁਲਵਿੰਦਰ ਸਿੰਘ, ਮੰਡੀ ਗੋਬਿੰਦਗੜ੍ਹ ਤੋਂ ਬੋਲ ਰਿਹਾ ਜੀ। ਮੇਰਾ ਰਾਣਾ ਹੋਸਪਿਟਲ ਦੇ ਵਿੱਚ ਓਪਰੇਸ਼ਨ ਫਰੀ ਹੋਇਆ ਜੀ, ਮੈਨੂੰ ਨਰਸ ਵੱਲੋਂ ਹੋਰ ਸਟਾਫ ਵੱਲੋਂ ਕੋਈ ਕਿਸੇ ਦੀ ਪ੍ਰੋਬਲਮ ਨਹੀਂ ਆਈ ਜੀ, ਮੈਨੂੰ ਹੁਣ ਛੁੱਟੀ ਮਿਲ ਰਹੀ ਹੈ ਅਤੇ ਮੈਂ ਘਰ ਜਾ ਰਿਹਾ ਜੀ। ਮੈਂ ਮੰਡੀ ਗੋਬਿੰਦਗੜ੍ਹ ਸੇ, ਮੇਰਾ ਪਰਸ਼ੁਰਾਮ ਨਾਮ ਯਾਦਵ ਹੈ, ਔਰ ਮੈਂ ਕੈਂਪ ਮੇਂ ਦਿਖਾਇਆ ਥਾ ਜੀ, ਔਰ ਯਹਾਂ ਇਹ ਰਾਣਾ ਹਸਪਿਟਲ ਮੇਂ ਦਿਖਾਇਆ ਜੀ, ਮੇਰਾ ਕੋਈ ਵੀ ਪੈਸਾ 1 ਰੁਪਿਆ ਖਰਚਾ ਨਹੀਂ ਹੁਆ, ਬਹੁਤ ਬੜੀਆ ਇੱਜ਼ਤ ਹੁਆ, ਬਹੁਤ ਬੜੀਆ ਮੇਰੀ ਓਪਰੇਸ਼ਨ ਹੁਆ, ਮੈਂ ਅੱਛੇ ਤਰੀਕੇ ਸੇ ਵੀ ਜਾ ਰਿਹਾ। ਰਾਣਾ ਹੋਸਪਿਟਲ ਦੇ ਵਿੱਚ ਬਾਬਾ ਸਿੰਘ ਦਾ ਓਪਰੇਸ਼ਨ ਕੈਂਪ 'ਚ ਫਰੀ ਹੋਇਆ ਜੀ, ਮੈਨੂੰ ਕੋਈ ਦਿੱਕਤ ਨਹੀਂ ਆਈ, ਬਹੁਤ ਵਧੀਆ ਹੋਇਆ, ਮੈਂ ਠੀਕ ਠਾਕ ਬੈਠ ਰਿਹਾ। ਮਲਕੀਤ ਸਿੰਘ ਮੇਰਾ ਨਾਂ ਹੈ, ਪਿੰਡ ਕੁੰਭ। ਹਾਂਜੀ, ਮੈਂ ਬਲਵਿੰਦਰ ਕੌਰ ਬੁਲਾੜੀ ਕਲਾਂ ਤੋਂ ਹਾਂ ਜੀ। ਮੇਰੇ ਪਿੱਤੇ ਦੀ ਪੱਥਰੀ ਪਿੱਤੇ ਵਿੱਚ ਪੱਥਰੀ ਸੀ, ਅਤੇ ਗੋਬਿੰਦਗੜ੍ਹੋਂ ਮੈਂ ਫਰੀ ਕੈਂਪ ਵੱਲੋਂ ਆਈ ਸੀ ਰਾਣਾ ਹਸਪਤਾਲ ਵਿੱਚ, ਮੇਰਾ ਵਧੀਆ ਇਲਾਜ ਹੋਇਆ, ਸਟਾਫ ਨੇ ਬਹੁਤ ਵਧੀਆ ਦੇਖਭਾਲ ਕਰੀ ਆ, ਅਤੇ ਇੱਥੇ ਦੇ ਡਾਕਟਰਾਂ ਨੇ ਵੀ ਬਹੁਤ ਵਧੀਆ ਇਲਾਜ ਕਰਿਆ ਮੇਰਾ, ਮੈਂ ਠੀਕ ਠਾਕ ਹੁਣ ਜਾ ਰਹੀ ਹਾਂ ਆਪਣੇ ਘਰ ਨੂੰ। ਮੈਂ ਬਸੀ ਪਠਾਣਾ ਦੀ ਰਹਿਣ ਵਾਲੀ ਹਾਂ, ਮੇਰਾ ਬਿਲਕੁਲ ਚੈੱਕਅਪ ਫਰੀ ਹੋਇਆ ਗੋਬਿੰਦਗੜ੍ਹ ਮੰਡੀ ਵਿੱਚ, ਅਤੇ ਹੁਣ ਮੇਰਾ ਓਪਰੇਸ਼ਨ ਹੋ ਚੁੱਕਿਆ ਫਿੱਤੇ ਦਾ, ਮੈਂ ਬਿਲਕੁਲ ਠੀਕ ਹਾਂ। ਰਾਣਾ ਹੋਸਪਿਟਲ 'ਚ ਬਹੁਤ ਕੇਅਰ ਕਰਦੇ ਨੇ, ਬਹੁਤ ਅੱਛੇ ਡਾਕਟਰ ਹਨ, ਕਾਬਿਲ, ਬਹੁਤ ਕਾਬਿਲ ਡਾਕਟਰ ਹਨ, ਠੀਕ ਹੈ। ਮੇਰਾ ਨਾਮ ਗੁਰਮੀਤ ਕੌਰ ਹੈ, ਮੈਂ ਬਸਤੀ ਪਠਾਨਾ ਵਿੱਚ ਰਹਿਣ ਵਾਲੀ ਹਾਂ। ਮੇਰੇ ਪਿੱਤੇ ਵਿੱਚ ਪੱਥਰੀ ਸੀ, ਮੈਂ ਗੋਬਿੰਦਗੜ੍ਹ ਕੈਂਪ ਲੱਗਾ ਸੀ, ਮੈਂ ਉੱਥੋਂ ਪੱਥਰੀ ਕਟਾਈ ਸੀ ਰਾਣਾ ਹਸਪਤਾਲ, ਮੇਰਾ ਬਹੁਤ ਵਧੀਆ ਇਲਾਜ ਹੋਇਆ ਗਿਆ, ਉਹਨਾਂ ਦੇ ਮੈਂ ਸਾਰੇ ਸਟਾਫ ਦਾ ਧੰਨਵਾਦ ਕਰਨੀ।
ਮੈਂ ਮੇਰਾ ਨਾਮ ਕੁਲਦੀਪ ਕੌਰ ਹੈ। ਮੈਂ ਸਲੇਪਰ ਦੇ ਰਹਿਣ ਵਾਲੀ ਹਾਂ। ਮੇਰੇ ਪਿੱਤੇ ਵਿੱਚ ਪੱਥਰੀ ਸੀ। ਮੇਰਾ ਰਾਣਾ ਹਸਪਤਾਲ ਵਿੱਚ ਕੈਂਪ ਰਾਹੀਂ ਓਪਰੇਸ਼ਨ ਹੋਇਆ। ਬਹੁਤ ਵਧੀਆ ਓਪਰੇਸ਼ਨ ਹੋਇਆ। ਮੈਂ ਠੀਕ ਠਾਕ ਹਾਂ। ਬਹੁਤ ਜ਼ਿਆਦਾ ਉੱਥੇ ਮੇਰੀ ਕੇਅਰ ਹੋਈ। ਜੋਗਿੰਦਰ ਸਿੰਘ ਸਾਨੂੰ ਬਲਦੇਵ ਸਿੰਘ ਸਰਹੰਦ ਸ਼ਹਿਰ ਮੇਰੇ ਪਿੱਤੇ 'ਚ ਓਪਰੇਸ਼ਨ ਪੱਥਰੀ ਸੀ ਜੋ ਰਾਣਾ ਹੋਸਪਿਟਲ ਵੱਲੋਂ ਬਿਲਕੁਲ ਫ੍ਰੀ ਕੀਤਾ ਗਿਆ ਕੈਂਪ ਦੇ ਰਾਹੀਂ ਅਤੇ ਬਹੁਤ ਹੀ ਅੱਛੇ ਢੰਗ ਨਾਲ ਕੀਤਾ ਗਿਆ ਹੈ ਅਤੇ ਬਹੁਤ ਵਧੀਆ ਕੇਅਰ ਕੀਤੀ ਗਈ ਹੈ। ਮੈਂ ਸੁਨੀਤਾ ਰਾਣੀ ਸਰਹੰਦ ਸ਼ਹਿਰ ਦੀ ਰਹਿਣ ਵਾਲੀ ਹਾਂ। ਰਾਣਾ ਹੋਸਪਿਟਲ 'ਚ ਮੇਰਾ ਬੱਚੇ ਦਾ ਵੀ ਓਪਰੇਸ਼ਨ ਹੋਇਆ ਕੈਂਪ ਰਾਹੀਂ ਬਿਲਕੁਲ ਫ੍ਰੀ ਅਤੇ ਹੁਣ ਮੈਂ ਠੀਕ ਠਾਕ ਹੋ ਕੇ ਆਪਣੇ ਘਰ ਜਾ ਰਹੀ ਹਾਂ। ਮੈਂ ਸਤਵਿੰਦਰ ਸਿੰਘ ਜੀ ਪਿੰਡ ਚਨਾਰ ਸਰੋਵਰ ਦੇ ਰਾਣਾ ਹੋਸਪਿਟਲ ਸਰਹੰਦ ਵਿੱਚ ਕੈਂਪ ਰਾਹੀਂ ਮੇਰਾ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਹੋਇਆ ਜੋ ਬਿਲਕੁਲ ਠੀਕ ਠਾਕ ਹੈ ਅਤੇ ਮੈਂ ਘਰ ਜਾ ਰਿਹਾ। ਹਰਪ੍ਰੀਤ ਕੌਰ ਪਿੰਡ ਅਤੇ ਮੈਰੀ ਦੀ ਰਹਿਣ ਵਾਲੀ ਹਾਂ। ਮੰਡੀ ਗੋਬਿੰਦਗੜ੍ਹ ਵਿੱਚ ਕੈਂਪ ਲੱਗਿਆ ਸੀ। ਮੇਰਾ ਪੱਥਰੀ ਓਪਰੇਸ਼ਨ ਸਰਹੰਦ ਰਾਣਾ ਹਸਪਤਾਲ ਵਿੱਚ ਵਧੀਆ ਬਹੁਤ ਵਧੀਆ ਮੇਰਾ ਓਪਰੇਸ਼ਨ ਹੋਇਆ ਹੈ। ਕੋਈ ਖਰਚਾ ਨਹੀਂ ਹੈ। ਅੱਜ ਮੈਂ ਆਪਣੇ ਘਰ ਜਾ ਰਹੀ ਹਾਂ। ਮੈਂ ਅਮਰੀਕ ਸਿੰਘ ਪਿੰਡ ਹੋਰ ਦਾ ਰਹਿਣ ਵਾਲਾ ਹਾਂ। ਮੇਰਾ ਹਾਰਨੀਆ ਦਾ ਓਪਰੇਸ਼ਨ ਸਰਹੰਦ ਰਾਣਾ ਹੋਸਪਿਟਲ ਵਿੱਚ ਬਿਲਕੁਲ ਫ੍ਰੀ ਹੋਇਆ ਹੈ। ਮੈਂ ਕੈਂਪ ਰਾਹੀਂ ਕਰਵਾਇਆ ਹੈ। ਕੋਈ ਪੈਸਾ ਨਹੀਂ ਲਿਆ ਗਿਆ। ਠੀਕ ਹੈ। ਮੇਰਾ ਨਾਮ ਕੁਲਦੇਵ ਹੈ ਜੀ। ਕੈਂਪ ਰਾਹੀਂ ਮੇਰਾ ਓਪਰੇਸ਼ਨ ਹੋਇਆ ਜੀ। ਬਿਲਕੁਲ ਸਰਹੰਦ ਰਾਣਾ ਹਸਪਤਾਲ। ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੈਂ ਮੰਡੀ ਗੋਬਿੰਦਗੜ੍ਹ ਤੋਂ ਹਾਂ। ਮੈਨੂੰ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਸੀ ਅਤੇ ਇੱਥੇ ਰਾਣਾ ਹੋਸਪਿਟਲ 'ਚ ਕੈਂਪ ਦੁਆਰਾ ਬਿਲਕੁਲ ਹੀ ਫ੍ਰੀ ਮੇਰਾ ਓਪਰੇਸ਼ਨ ਹੋਇਆ। ਮੈਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਹੈ। ਡਾਕਟਰ ਸਾਰਾ ਸਟਾਫ ਇੰਨੇ ਵਧੀਆ ਨੇ। ਉਹਨਾਂ ਨੇ ਮੇਰੀ ਬਹੁਤ ਕੇਅਰ ਕਰੀ ਅਤੇ ਮੈਂ ਠੀਕ ਠਾਕ ਹੋ ਕੇ ਆਪਣੇ ਘਰ ਜਾ ਰਹੀ ਹਾਂ। ਠੀਕ ਹੈ ਜੀ। ਮੈਂ ਪਿੰਡ ਪੀਰਜਾਨ ਦੀ ਰਹਿਣ ਵਾਲੀ ਹਾਂ। ਜਸਵੀਰ ਕੌਰ ਅਤੇ ਰਾਣਾ ਹੋਸਪਿਟਲ 'ਚ ਮੇਰਾ ਓਪਰੇਸ਼ਨ ਹੋਇਆ ਪਿੱਤੇ ਦੀ ਪੱਥਰੀ ਦਾ ਅਤੇ ਬਿਲਕੁਲ ਮੁਕਤ ਹੋਇਆ। ਬਹੁਤ ਵਧੀਆ ਢੰਗ ਨਾਲ ਹੋਇਆ। ਮੇਰਾ ਨਾਮ ਮਨਜੀਤ ਕੌਰ ਹੈ। ਫਰੀਦਲਾਬਾਦ ਦੀ ਰਹਿਣ ਵਾਲੀ ਹਾਂ ਅਤੇ ਗੋਬਿੰਦਗੜ੍ਹ ਕੈਂਪ ਲੱਗਿਆ ਸੀ। ਕੈਂਪ ਤੋਂ ਬਾਅਦ ਰਾਣਾ ਹੋਸਪਿਟਲ ਦਾ ਓਪਰੇਸ਼ਨ ਹੋਇਆ ਅਤੇ ਬੱਚੇ ਦਾ ਨਹੀਂ ਹੋਇਆ ਅਤੇ ਫ੍ਰੀ ਇਲਾਜ ਹੋਇਆ। ਮੇਰਾ ਨਾਮ ਹੈ ਚਮਕੌਰ ਸਿੰਘ। ਲਾਟਪੁਰ ਦੇ ਰਹਿਣ ਵਾਲਾ। ਮੈਂ ਕੈਂਪ ਦੇ ਵਿੱਚ ਦਾਖਲ ਹੋ ਕੇ ਮੈਂ ਆਪਣੇ ਇਹਨਾਂ ਇੱਥੇ ਰਾਣਾ ਹਸਪਤਾਲ ਦੇ ਵਿੱਚ ਦਾਖਲ ਹੋਇਆ। ਮੈਂ ਮੇਰੇ ਹਰਦਿਆ ਸੀਗੇ ਮੈਂ ਓਪਰੇਸ਼ਨ ਕਰਾਇਆ ਅਤੇ ਮੇਰਾ ਫ੍ਰੀ ਓਪਰੇਸ਼ਨ ਹੋਇਆ ਵੀ ਮੈਂ ਹੁਣ ਆਪਣੇ ਛੁੱਟੀ ਲੈ ਕੇ ਘਰ ਵਾਸਤੇ ਜਾ ਰਿਹਾ। ਮੇਰਾ ਕੋਈ ਪੈਸਾ ਨਹੀਂ ਲੈ ਕੇ। ਮੇਰਾ ਨਾਮ ਤਰਸੇਮ ਪਿੰਡ ਫੈਜੁੱਲਾਪੁਰ ਤਹਿਸੀਲ ਮੂਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਿੱਚ ਪੈਂਦਾ। ਮੇਰਾ ਜਿਹੜਾ ਓਪਰੇਸ਼ਨ ਹੋਇਆ ਉਹ ਜੋਗਿੰਦਰਾ ਵੈਲ ਸੁਸਾਇਟੀ ਵੱਲੋਂ ਫ੍ਰੀ ਰਾਣਾ ਹੋਸਪਿਟਲ ਵੱਲੋਂ ਕੀਤਾ ਗਿਆ ਜੀ। ਇਹਨਾਂ ਦੀ ਸਰਵਿਸ ਬਹੁਤ ਵਧੀਆ ਮੈਨੂੰ ਮਿਲੀ ਹੈ ਅਤੇ ਮੇਰਾ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਸੀ ਜੋ ਬਿਲਕੁਲ ਫ੍ਰੀ ਕੀਤਾ ਗਿਆ ਅਤੇ ਮੈਨੂੰ ਰਿਲੀਫ ਹੈ ਜੀ ਅਤੇ ਵਧੀਆ ਤਰੀਕੇ ਨਾਲ ਮੇਰਾ ਟ੍ਰੀਟਮੈਂਟ ਕੀਤਾ ਗਿਆ। ਮੈਂ ਗੋਬਿੰਦਗੜ੍ਹ ਦਾ ਰਹਿਣ ਵਾਲਾ ਹਾਂ। ਮੇਰਾ ਨਾਮ ਸੋਨੂ ਮਿੱਤਲ ਹੈ ਔਰ ਮੈਂ ਅੱਜ ਸਾਡੇ ਨਾਲ ਆਰੀਆ ਸਕੂਲ ਦੇ ਵਿੱਚ ਜਿਹੜਾ ਜੋਗਿੰਦਰਾ ਕੈਂਪ ਵਾਲਿਆਂ ਨੇ ਕੈਂਪ ਲਾਇਆ ਸੀਗਾ ਉਹਦੇ ਵਿੱਚੋਂ ਮੈਂ ਪਿੱਤੇ ਦੀ ਪੱਥਰੀ ਦਾ ਰਾਣਾ ਹੋਸਪਿਟਲ ਦੇ ਵਿੱਚ ਇਲਾਜ ਕਰਾਉਣ ਆਇਆ ਸੀ। ਉੱਥੇ ਮੇਰਾ ਫ੍ਰੀ ਇਲਾਜ ਹੋਇਆ ਅਤੇ ਸਾਰੇ ਫ੍ਰੀ ਚੈੱਕਅਪ ਹੋਏ ਨੇ। ਹੁਣ ਮੈਂ ਠੀਕ ਠਾਕ ਹਾਂ ਅਤੇ ਮੈਂ ਹੁਣ ਘਰ ਵਾਪਸ ਜਾ ਰਿਹਾ ਹਾਂ। ਮੈਂ ਰਜਿੰਦਰ ਕੁਮਾਰ ਭਵਾਨੀਗੜ੍ਹ ਦਾ ਰਹਿਣ ਵਾਲਾ ਹਾਂ। ਮੈਂ ਰਾਣਾ ਹਸਪਤਾਲ ਸਰਹੰਦ ਤੋਂ ਆਪਣਾ ਪਾਏ ਜਿਹੜੇ ਹਰਨੀਆਂ ਦਾ ਓਪਰੇਸ਼ਨ ਕੈਂਪ ਦੁਆਰਾ ਬਿਲਕੁਲ ਫ੍ਰੀ ਕਰਵਾਇਆ। ਮੈਂ ਹੁਣ ਬਿਲਕੁਲ ਠੀਕ ਠਾਕ ਹਾਂ ਅਤੇ ਆਪਣੇ ਘਰ ਵਾਪਸ ਜਾ ਰਿਹਾ। ਮੈਂ ਵੰਦਨਾ ਮੰਡੀ ਗੋਬਿੰਦਗੜ੍ਹ ਸੇ ਆਈ ਹੂੰ। ਮੈਂ ਯਹਾਂ ਰਾਣਾ ਹੋਸਪਿਟਲ ਮੈਂ ਪਿੱਤੇ ਕੀ ਪੱਥਰੀ ਕਾ ਓਪਰੇਸ਼ਨ ਕਰਾਇਆ ਹੈ ਜੋ ਕਿ ਕੈਂਪ ਰਾਹੀ ਹੂਆ ਔਰ ਇਸ ਹੋਸਪਿਟਲ ਮੈਂ ਮੁਝੇ ਹਰ ਇੱਕ ਫੈਸਿਲਿਟੀ ਬਹੁਤ ਅੱਛੀ ਤਰ੍ਹਾਂ ਸੇ ਪ੍ਰਾਪਤ ਹੋਈ ਹੈ ਔਰ ਮੈਂ ਠੀਕ ਹੋ ਕੇ ਅਬ ਘਰ ਜਾ ਰਹੀ ਹੂੰ। ਯਹਾਂ ਕਾ ਸਟਾਫ ਵੀ ਬਹੁਤ ਕੋਆਪਰੇਟਿਵ ਔਰ ਅੱਛਾ ਲੱਗਾ ਮੁਝੇ। ਮੇਰਾ ਨਾਮ ਨਛੱਤਰ ਕੌਰ ਹੈ। ਅੰਬੇ ਮਾਜਰੇ ਦੀ ਰਹਿਣ ਵਾਲੀ।
ਮੇਰਾ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਹੋਇਆ ਰਾਣਾ ਹੋਸਪਿਟਲ ਸਰਹੰਦ ਕੈਂਪ ਰਾਹੀਂ ਅਤੇ ਮੈਂ ਠੀਕ ਹਾਂ ਬਿਲਕੁਲ ਹੁਣ ਆਪਦੇ ਘਰ ਜਾ ਰਹੀ ਹਾਂ। ਮੇਰਾ ਨਾਮ ਸੁਖਵਿੰਦਰ ਕੌਰ ਹੈ ਗੋਵਿੰਦਗੜ ਮੰਡੀ ਕੈਂਪ 'ਚ ਮੇਰਾ ਓਪਰੇਸ਼ਨ ਹੋਇਆ ਨਰਾਣਾ ਹੋਸਪਿਟਲ 'ਚ ਰਾਣਾ ਹੋਸਪਿਟਲ ਮੇਰਾ ਓਪਰੇਸ਼ਨ ਹੋਇਆ। ਮੈਂ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਵਧੀਆ ਢੰਗ ਨਾਲ ਫ੍ਰੀ ਹੋਇਆ। ਠੀਕ ਆਸ਼ਾ ਹੋਣੀ ਮੰਡੀ ਗੋਵਿੰਦਗੜ ਤੋਂ ਆਏ ਜੀ ਫ੍ਰੀ ਕੈਂਪ ਲੱਗਿਆ ਸੀ ਉੱਥੇ ਗੋਵਿੰਦਗੜ ਰਾਣਾ ਹਸਪਤਾਲ 'ਚ ਇੱਥੇ ਫਿਰ ਓਪਰੇਸ਼ਨ ਹੋਇਆ ਬੱਚੇ ਧੰਨੀ ਦਾ ਜੀ ਸਟਾਲ ਬਹੁਤ ਵਧੀਆ ਹੈ ਜੀ ਇੱਥੇ ਬਹੁਤ ਵਧੀਆ ਪੀਂਦੇ। ਮੈਂ ਸੁਨੀਤਾ ਰਾਣੀ ਪਿੰਡ ਚਾਸਵਾਲ ਤੋਂ ਆਈ ਹਾਂ ਗੋਵਿੰਦਗੜ ਜੋ ਕੈਂਪ ਜੋਗਿੰਦਰਾ ਕੈਂਪ ਲੱਗਿਆ ਸੀ ਉਹਦੇ ਉਸ ਵਿੱਚ ਮੈਂ ਟੈਸਟ ਕਰਵਾਏ ਸੀ ਉਸ ਵਿੱਚ ਪੱਥਰੀ ਆਈ ਸੀ ਮੇਰੇ ਰਾਣਾ ਹੋਸਪਿਟਲ ਸਰਹੰਦ ਵਿੱਚ ਮੇਰਾ ਫ੍ਰੀ ਓਪਰੇਸ਼ਨ ਕੀਤਾ ਗਿਆ। ਮੈਂ ਬਹੁਤ ਧੰਨਵਾਦੀ ਹਾਂ ਕਿ ਇੱਥੇ ਦੇ ਸਟਾਫ ਦੇ ਲਈ ਉਹਨਾਂ ਨੇ ਮੇਰਾ ਫ੍ਰੀ ਓਪਰੇਸ਼ਨ ਕੀਤਾ। ਸਤਿ ਸ਼੍ਰੀ ਅਕਾਲ ਜੀ ਮੈਂ ਜਸਨਦੀਪ ਮੈਂ ਕੈਂਪ ਦੇ ਥਰੂ ਓਪਰੇਸ਼ਨ ਕਰਵਾਇਆ ਮੇਰਾ ਸਰਹੰਦ ਰਾਣਾ ਹੋਸਪਿਟਲ 'ਚ ਓਪਰੇਸ਼ਨ ਹੋਇਆ। ਮੈਨੂੰ ਇੱਥੇ ਦਾ ਸਟਾਫ ਬਹੁਤ ਅੱਛਾ ਲੱਗਿਆ ਸਭ ਡਾਕਟਰ ਬਹੁਤ ਸਾਡੀ ਦੇਖਭਾਲ ਕੀਤੀ ਕੋਈ ਪੈਸਾ ਨਹੀਂ ਫ੍ਰੀ ਓਪਰੇਸ਼ਨ ਹੋਇਆ ਧੰਨਵਾਦ। ਮੇਰਾ ਨਾਮ ਸੁਖਦੇਵ ਸ਼ਰਮਾ ਮੈਂ ਸਰਹੰਦ ਦਾ ਰਹਿਣ ਵਾਲਾ ਹਾਂ। ਕੈਂਪ ਦੌਰਾਨ ਮੇਰਾ ਹਰਨੀਆਂ ਦਾ ਓਪਰੇਸ਼ਨ ਹੋਇਆ ਸਾਰੇ ਸਟਾਫ ਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਔਰ ਮੈਂ ਹੁਣ ਅੱਜ ਠੀਕ ਠਾਕ ਆਪਣੇ ਘਰ ਜਾ ਰਿਹਾ। ਥੈਂਕ ਯੂ। ਮੇਰਾ ਨਾਮ ਬਲਜਿੰਦਰ ਹੈ ਮੈਂ ਬਸੀ ਪਠਾਣਾ ਤੋਂ ਹਾਂ। ਮੇਰਾ ਗੋਵਿੰਦਗੜ ਮੰਡੀ ਵਿੱਚ ਫ੍ਰੀ ਚੈੱਕਅਪ ਹੋਇਆ ਹੈ ਮੇਰਾ ਓਪਰੇਸ਼ਨ ਰਾਣਾ ਹੋਸਪਿਟਲ ਵਿੱਚ ਬਿਲਕੁਲ ਫ੍ਰੀ ਹੋਇਆ ਹੈ। ਮੈਂ ਪਰਮਜੀਤ ਕੌਰ ਪਿੰਡ ਸੌਂਟੀ ਮੇਰੇ ਰਾਣਾ ਹੋਸਪਿਟਲ 'ਚ ਦੋ ਓਪਰੇਸ਼ਨ ਹੋਏ ਹੈ ਬੱਚੇ ਦਾ ਨਹੀਂ ਦਾ ਅਤੇ ਪਿੱਤੇ ਦਾ ਮੈਂ ਬਿਲਕੁਲ ਸਹੀ ਹਾਂ ਫ੍ਰੀ ਬਿਲਕੁਲ ਫ੍ਰੀ ਹੋਇਆ ਮੇਰੇ ਓਪਰੇਸ਼ਨ। ਮੈਂ ਜਸਵੰਤ ਕੌਰ ਮੇ ਗੋਵਿੰਦਗੜ ਤੋਂ ਆਈ ਹਾਂ ਮੈਂ ਇੱਥੇ ਇਹਨਾਂ ਨੇ ਕੈਂਪ ਲਾਇਆ ਸੀ ਗੋਵਿੰਦਗੜ ਉੱਥੇ ਇਹਨਾਂ ਨੇ ਮੈਨੂੰ ਓਪਰੇਸ਼ਨ ਦੀ ਸਲਾਹ ਦਿੱਤੀ ਸੀ ਰਾਣਾ ਹੋਸਪਿਟਲ ਵਾਲਿਆਂ ਨੇ ਬਹੁਤ ਸੋਹਣਾ ਮੇਰਾ ਓਪਰੇਸ਼ਨ ਕੀਤਾ ਇਹਨਾਂ ਨੇ ਸਾਰਿਆਂ ਨੇ ਬਹੁਤ ਵਧੀਆ ਕੇਅਰ ਕੀਤੀ ਹੈ ਸਾਰੀ ਸਟਾਫ ਦਾ ਮੈਂ ਧੰਨਵਾਦ ਕਰਦੀ ਹਾਂ ਡਾਕਟਰਾਂ ਦਾ। ਮੇਰਾ ਨਾਮ ਪੁਸ਼ਪਿੰਦਰ ਕੁਮਾਰ ਮੈਂ ਮੰਡੀ ਗੋਵਿੰਦਗੜ ਕੈਂਪ 'ਚ ਕੈਂਪ ਲੱਗਿਆ ਸੀ ਸਰਹੰਦ ਪਿੱਤੇ ਦਾ ਓਪਰੇਸ਼ਨ ਕਰਾਇਆ ਬਿਲਕੁਲ ਸਹੀ ਢੰਗ ਨਾਲ ਹੋਇਆ ਬਿਲਕੁਲ ਮੈਂ ਠੀਕ ਠਾਕ ਹਾਂ। ਅਸੀਂ ਸਰਹੰਦ ਹਵਾਈਓਪੁਰ ਤੋਂ ਆਏ ਹਾਂ ਜੀ ਗੋਵਿੰਦਗੜ ਕੈਂਪ ਲੱਗਿਆ ਸੀਗਾ ਅਤੇ ਉਹਨਾਂ ਦੇ ਥਰੂ ਅਸੀਂ ਰਾਣਾ ਹੋਸਪਿਟਲ ਦੇ ਵਿੱਚ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕਰਵਾਇਆ ਹੈ ਜੋ ਬਿਲਕੁਲ ਠੀਕ ਠਾਕ ਹੋ ਗਿਆ ਅਤੇ ਬਿਲਕੁਲ ਫ੍ਰੀ ਹੋਇਆ ਜੀ ਅਤੇ ਅਸੀਂ ਹੁਣ ਠੀਕ ਠਾਕ ਕਰ ਜਾਂਦੇ ਹਾਂ।